ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਗਗਨਦੀਪ ਕੌਰ ਮਾਨਸ਼ਾਹੀ ਸਵਾਗਤ ਕਰਦੀ ਹਾਂ ਤੁਹਾਡਾ ਮੌਮਸ ਪਾਡਸ ਕਿਚਨ ਚੈਨਲ ਤੇ ਅੱਜ ਮੈਂ ਤੁਹਾਨੂੰ ਸ਼ਿਰ ਕਰਾਂਗੀ ਆਲੂ ਕੋਫਟ ਦੀ ਸਬਜ਼ੀ ਦੀ ਰੈਸਪੀ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਸ਼ੁਰੂ ਕਰਦੇ ਹਾਂ ਰੈਸਪੀ ਇਹ ਲੈਣੇ ਉਬਲ ਹੋਏ ਆਲੂ ਆਲੂ ਆਪਣੇ ਉਬਾਲ ਕੇ ਆਪਾਂ ਠੰਡੇ ਕਰ ਲੈਣੇ ਨੇ ਤੇ ਉਸ ਤੋਂ ਬਾਅਦ ਆਪਾਂ ਕਰ ਇਹਨਾਂ ਨੂੰ ਮੈਸ਼ ਅਚੀ ਤਰ੍ਹਾਂ ਮੈਸ਼ ਕਰ ਲਾਂਗੇ ਫਸਟ ਆਪਾਂ ਇਹਨਾਂ ਧਿਆਨ ਰੱਖਣਾ ਕਿ ਆਲੂ ਠੰਡੇ ਹੋਣ ਆਲੂ ਮੈਸ਼ ਹੋ ਗਏ ਤਾਂ ਹੁਣ ਆਪਾਂ ਪਾਉਂਗ ਮਸਾਲੇ ਦੇ ਵਿੱਚ मैं पा रही हूँ बहुत ही बरीक कटाया हुआ प्याज प्याज न बिल्कुल बरीक कटना आप हरा है थोड़ा जा। इसमें पा रही बाइंडिंगली बेसन बेसन में आप जिनी लड़ उन्हें ही पाँच ज़्यादा नहीं पाना थोड़ा जहा नमक नमक आप सब्जी जी पावे लाल मिर्च एक चुटकी हल्दी थोड़ा जहा धनिया पाउडर थोड़ा जि गर्म मसाला थोड़े थोड़े मसाले पाने तेज कोफ से थोड़े कराले लगन टेस्ट अच्छा लगे बिल्कुल नहीं टेस्ट आपको लगे भी फिका जहाँ ਤੰਗਰ ਕਾਪਰ ਥੋੜੇ ਥੋੜੇ ਮਸਾਲੇ ਪਾਏ ਨੇ ਪਿਆਰ ਤੋਂ ਹੀ ਆ ਪਾਇਆ ਦਾ ਕਿ ਟੇਸ ਅੱਛਾ ਬਣ ਜਾ ਕੋਫਟਿਆਂ ਦਾ ਤੁਹਾਨੂੰ بابا ਬਾਈਂਡ ਕਰ ਲਿਆ ਸਾਰੇ ਮਿਕਸਚਰ ਨੂੰ ਤੇ ਆਪਾਂ ਕੋਫਟੇ ਬਣਾਉਣੇ ਹੱਥਾਂ ਤੇ ਥੋੜਾ ਜਿਹਾ ਲਾ ਲਾਂਗੇ ਔਇਲ ਤਾਂ ਕਿ ਹੱਥਾਂ ਨਾਲ ਆਪਾਂ ਮਿਕਸਚਰ ਟ੍ਰਿਪਕੇ ਨਾ ਥੋੜਾ ਥੋੜਾ ਮਿਕਸਚਰ ਲੈ ਕੇ ਇਸ ਤਰ੍ਹਾਂ ਕੋਫਤੇ ਦੀ ਸ਼ੇਪ ਦੇ ਦਾਂਗੇ ਆਪਾਂ ਬਹੁਤ ਹੀ ਆਰਾਮ ਨਾਲ ਹੀ ਬਣ ਜਾਂਦੇ ਨੇ ਪਰ ਥੋੜਾ ਸੌਫਟ ਤਾਂ ਜ਼ਰੂਰ ਰਹਿੰਦਾ ਹੈ ਮਿਕਸਚਰ ਬੇਸਨ ਪਰ ਆਪਾਂ ਘੱਟ ਪਾਉਣਾ ਜਿਆਦਾ ਪਾਵਾਂਗੇ ਤਾਂ ਸਖਤ ਬਣ ਜਾਣਗੇ ਫਿਰ ਇਹ ਕੋਫਤੇ ਬਣ ਗਏ ਤਾਂ ਆਪਾਂ ਕਰ ਦੇਣ ਨੂੰ ਫਰਾਈ オイル ਆਪਣਾ ਛਾ ਗਰਮ ਹੋਣਾ ਚਾਹੀਦਾ ਪੂਰਾ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਜ਼ਿਆਦਾ ਨਹੀਂ ਪਾਵਾਂਗੇ ਕੜਾਹੀ ਵਿੱਚ ਕਿਉਂਕਿ ਬਹੁਤ ਆਲੂ ਸੌਫਟ ਹੁੰਦੇ ਨੇ ਜ਼ਿਆਦਾ ਪਾਵਾਂਗੇ ਤੇ ਰੋਟੀਆਂ ਆਉਣਗੀਆਂ ਫਿਰ ਬਹੁਤ ਹੀ ਹਲਕੇ ਹੱਥਾਂ ਨਾਲ ਇਹਨਾਂ ਨੂੰ ਹਿਲਾਵਾਂਗੇ ਬਹੁਤ ਹੀ ਅੱਛੀ ਤਰ੍ਹਾਂ ਫਰਾਈ ਹੋ ਗਏ ਇਹਨੇ ਬਹੁਤ ਹੀ ਅੱਛਾ ਟੇਸਟ ਬਣਦਾ ਇਹਨਾਂ ਦਾ ਕੋਸ਼ ਤੇ ਆਪਾਂ ਕਰ ਲੇ ਫਰਾਈ ਸਾਰੇ ਆਪਾਂ ਬਣਾਉਣਾ ਮਸਾਲੇ ਦੀ تیاری ਕਰਦੇ ਆ ਇਹ ਮੈਂ ਲੈ ਲਈ ਪਿਆਜ਼ ਟਮਾਟਰ ਲਸਣ ਅਦਰਕ ਦਾ ਪੇਸਟ ਤੁਸੀਂ ਲਸਣ ਤੇ ਅਦਰਕ ਫਰੈਸ਼ ਕੱਟ ਕੇ ਹੀ ਪਾ ਸਕਦੇ ਹੋ ਪਰ ਮੈਂ ਸੋਚਿਆ ਚਲੋ ਮੈਂ ਇਹਨਾਂ ਤੇ ਕੱਟ ਕਰ ਲਈ ਪੇਸਟ ਪਹਿੋਂ ਪਾ ਲਈ ਤੇ ਇਸ ਲਈ ਮੈਂ ਅਦਰਕ ਦਾ ਪੇਸਟ ਯੂਜ਼ ਕਰ ਰਹੀ ਹਾਂ ਗ੍ਰाइंड ਕਰਕੇ ਰੱਖ ਲਿਆ ਆਪਾਂ ਤੇ ਪੜਾਹੀ ਚਮਾਉਣਾ ਆਪਾਂ ਕੁਕਿੰਗ ਆਇਲ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਖੜੇ ਮਸਾਲੇ ਤੇਜ ਪੱਤਾ ਦਾਲਚੀਨੀ ਲੌਂਗ ਵੱਡੀ ਇਲਾਇਚੀ ਦੋ ਤਿੰਨ ਲੌਂਗ ਪਾ ਲਈ ਇੱਕ ਛੋਟਾ ਦਾਲਚੀਨੀ ਦਾ ਟੁਕੜਾ ਤੇ ਇੱਕ ਵੱਡੀ ਇਲਾਇਚੀ ਤੇ ਜਿਵੇਂ ਆਪਣਾ ਆਇਲ ਗਰਮ ਹੋਊਗਾ ਤੇ ਜੀਰਾ ਪਾ ਦਾਂਗੇ ਜੀਰਾ ਭੁੰਨ ਹੋ ਜੇ ਇਹਦੇ ਵਿੱਚ ਜੀਰਾ ਪੁੰਨ ਕੇ ਆਪਣੇ ਖੜੇ ਮਸਾਲੇ ਥੋੜੇ ਜਿ ਵਿੱਚ ਪੁੰਨੇਗੇ ਤੇ ਹੁਣ ਆਪਾਂ ਪਾ ਦਾਂਗੇ ਇਹਦਾ ਆਪਾਂ ਪਿਆਜ਼ ਟਮਾਟਰ ਅਦਰਕ ਤੇ ਲਸਣ ਦਾ ਪੇਸਟ ਬਣਾ ਕੇ ਰੱਖਿਆ ਸੋ ਪਿਛ ਪਾ ਦਾਂਗੇ ਤਾਂ ਮਸਾਲਾ ਪੁੰਨਾ ਆਪਾਂ ਇਹਦਾ ਹੁਣ ਅੱਛੀ ਚਿਰ ਇਹਨਾਂ ਮਸਾਲੇ ਨੂੰ ਪੁੰਨਾਂਗੇ ਮਸਾਲਾ ਪੁੰਨ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਢੇਗੀ ਮਿਰਚ ਗਰਮ ਮਸਾਲਾ ਧਨੀਆ ਪਾਊਡਰ ਹਲਦੀ ਮਿਰਚ ਤੇ ਨਮਕ ਇਹ ਸਾਰੇ ਟੇਸਟ ਅਕੋਰਡਿੰਗ ਮਸਾਲੇ ਪਾ ਦਾਂਗੇ ਢੇਗੀ ਮਿਰਚ ਨਾਲ ਕਲਰ ਅੱਛਾ ਆ ਜਾਣਾ ਇਹ ਗਰਮ ਮਸਾਲਾ ਧਨੀਆ ਪਾਊਡਰ ਉਹ ਤਾਂ ਆਪਾਂ ਪਾਉਣੀ ਪਾਣਾ ਇਹ ਖੜੇ ਮਸਾਲਿਆਂ ਦਾ ਨਾ ਸਾਬਤ ਮਸਾਲੇ ਜੋ ਵੀ ਤੁਸੀਂ ਕਹਿੰਦੇ ਹੋ ਤੇ ਟੇਸਟ ਬਹੁਤ ਅੱਛਾ ਆ ਜਾਂਦਾ ਸਬਜ਼ੀ ਨੂੰ ਬਿਲਕੁਲ ਅਲੱਗ ਤਰ੍ਹਾਂ ਦਾ ਟੇਸਟ ਬਣਦਾ ਕਿਉਂਕਿ ਰੋਜ਼ ਵਾਲੇ ਸਬਜ਼ੀਆਂ ਤਾਂ ਆਪਾਂ ਖਾਂਦੇ ਖਾਂਦੇ ਪਰ ਕਦੇ ਥੋੜੀ ਜਿਹੀ ਰੂਟੀਨ ਵਾਲੇ ਸਬਜ਼ੀ ਤੋਂ ਹਟ ਕੇ ਕੁਝ ਬਣਾਈਏ ਤਾਂ ਬਹੁਤ ਹੀ ਅੱਛਾ ਲੱਗਦਾ ਫਿਰ ਮਸਾਲਾ ਲਾ ਦੇ ਕੋਕੋਨਟ ਆਇਲ ਛਾੜਤਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਣੀ ਜਿੰਨੀ ਕ ਆਪਾਂ ਨੂੰ ਗਰੇਵੀ ਚਾਹੀਦੀ ਆ ਉਹਨਾਂ ਖ ਆਪਾਂ ਪਾਣੀ ਪਾ ਕੇ ਐਡਜਸਟ ਕਰ ਲਾਂਗੇ ਨੂੰ ਕਈਆਂ ਨੂੰ ਥਿੱਕ ਗਰੇਵੀ ਅੱਛੀ ਲੱਗਦੀ ਹੈ ਕਈਆਂ ਨੂੰ ਥੋੜੀ ਪਤਲੀ ਅੱਛੀ ਲੱਗਦੀ ਹੈ ਤੁਸੀਂ ਉਹ ਜਿਵੇਂ ਇਹਦੇ ਵਿੱਚ ਉਬਾਲ ਆ ਜੂਗਾ ਫਿਰ ਆਪਾਂ ਇਹਨੂੰ ਟੱਕ ਕੇ ਪਕਾ ਲਾਂਗੇ ਉਹ ਉਬਾਲ ਆ ਗਿਆ ਤਾਂ ਨਾਲ ਆਪੇ ਨੂੰ ਟੱਕ ਦਨੇ ਆ ਟੱਕ ਕੇ 5 ਮਿੰਟ ਲਈ ਬਿਲਕੁਲ ਲੋ ਫਲੇਮ ਤੇ ਆਪੇ ਨੂੰ ਪਕਾਵਾਂਗੇ 10 ਮਿੰਟ ਹੋ ਗਏ ਅੱਛਾ ਉਬਾਲ ਆ ਗਿਆ ਗਰੇਵੀ ਚ ਜਾਵੈ ਨੂੰ ਉੱਪਰ ਬਣਉਣ ਦੇ ਰੂਣ ਕਿ ਮਸਾਲਾ ਬਹੁਤ ਅੱਛੀ ਤਰ੍ਹਾਂ ਭੁੰਨ ਗਰੇਵੀ ਹੋ ਰਹੀ ਬਣ ਕੇ ਥਿਆਰ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਸੁੱਕੀ ਮੇਥੀ, ਕਸੂਰੀ ਮੇਥੀ ਇਹਦਾ ਬਹੁਤ ਹੀ ਅੱਛਾ ਫਲੇਵਰ ਆਉਂਦਾ ਮੇਥੀ ਦੇ ਦੇ ਵਿੱਚ। ਔਰ ਮੇਥੀ ਪਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਫੇਰ ਕਵਰ ਕਰ ਦਾਂਗੇ। ਤਾਂ ਕਿ ਮੇਥੀ ਦਾ ਫਲੇਵਰ ਅੱਛੀ ਤਰ੍ਹਾਂ ਸਬਜ਼ੀ ਚ ਆ ਜਾਵੇ। ਔਰ ਫਿਰ ਆਪਾਂ 2 ਮਿੰਟ ਲਈ ਲੋ ਫਲੇਮ ਤੇ ਨੂੰ ਪਕਾ ਲਿਆ। ਗਰੇਵੀ ਆਪਣੇ ਬਣ ਕੇ ਬਿਲਕੁਲ ਤਿਆਰ ਹੈ ਪਰ ਪਰ ਕੋਫਤੇ ਆਪਾਂ ਉਬਲਦੀ ਹੋਈ ਗਰੇਵੀ ਚ ਨਹੀਂ ਪਾਉਣੇ। ਗੈਸ ਬੰਦ ਕਰਨ ਤੋਂ ਬਾਅਦ ਪਾਵਾਂਗੇ। ਇਹ ਤੇ ਕੋफ्ते ਬਸ ਆਫਟ ਹੁੰਦੇ ਨੇ ਬਿਲਕੁਲ ਹੀ ਉਹ ਰੋਟੀ ਆਣਗੇ ਗੈਸ ਤੇ ਇੱਕ ਮੈਂ ਬੰਦ ਕਰਤਾ ਸਬਜ਼ੀ ਗਰਮ ਹੈ ਹੁਣ ਆਪਾਂ ਕੋफ्ते ਦੇ ਵਿੱਚ ਪਾ ਲਈ ਸਬਜ਼ੀ ਦਾ ਕਲਰ ਵੀ ਬਹੁਤ ਹੀ ਅੱਛਾ ਹੈ ਔਰ ਟੇਸਟ ਦਾ ਤੁਸੀਂ ਬਣਾ ਕੇ ਖੁਦ ਟਰਾਈ ਕਰੋਗੇ ਤੁਹਾਨੂੰ ਟੇਸਟ ਦਾ ਫੇਰੀ ਪਤਾ ਲੱਗਣਾ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਹੈ ਸਬਜ਼ੀ ਦੇਖੋ ਬਣ ਕੇ ਆਪਣੀ ਤਿਆਰ ਹੈ ਤੁਸੀਂ ਉੱਤ ਤਨੀ ਨਾਲ ਚਾਹ ਗਾਰਨਿਸ਼ ਕਰ ਲਓ ਮੈਂ ਥੋੜੀ ਕਰੀਮ ਪਾ ਰਹੀ ਹਾਂ ਇਹਦੇ ਉੱਪਰ ਤਾਂ ਕਿ ਲੁੱਕ ਥੋੜੀ ਹੋਰ ਅੱਛੀ ਲੱਗੇ ਜੇ ਤੁਹਾਨੂੰ ਅੱਜ ਦੀ ਮੇਰੀ ਰੈਸਪੀ ਅੱਛੀ ਲੱਗੀ ਹੋ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਮੈਂਟ ਕਰਨਾ ਔਰ ਮਿਲਾਂਗੇ ਇੱਕ ਨਵੀਂ ਵੀਡੀਓ ਲੈ ਕੇ ਟਿਲ ਦੈਨ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ ਦ ਵੀਡੀਓ